ਉਗੀ ਜੀ ਲਾਈਵ ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਨਵਦੀਪ ਰਾੜ ਤਿੰਨ ਚਾਰ ਦਿਨ ਤੋਂ ਮੈਂ ਲਾਈਵ ਆ ਨਹੀਂ ਪਾਇਆ ਜੀ ਤੇ ਥੋੜਾ ਜਿਹਾ ਫਸਿਆ ਹੋਇਆ ਸੀਗਾ ਜੀ ਕੰਮ ਦੇ ਵਿੱਚ ਐਕਚੁਅਲੀ ਆਪਾਂ ਜਿਹੜੀ ਅੱਜ ਗੱਲ ਕਰਨੀ ਹੈ ਜੀ ਉਹ ਗੱਲ ਆਪਾਂ ਕਰਨੀ ਅੱਜ ਗੁਰਜੰਟ ਸਿੰਘ ਬਾਰੇ ਬੱਬੂ ਮਾਨ ਬਾਰੇ ਕਿ ਦੁਨੀਆ ਬੱਬੂ ਮਾਨ ਦੀ ਫੈਨ ਕਿਉਂ ਆ ਬਹੁਤ ਰੌਲਾ ਹੈ ਜੀ ਬੱਬੂ ਮਾਨ ਬੱਬੂ ਮਾਨ ਕਿਉਂ ਫੈਨ ਮੈਂ ਤਾਂ ਫੈਨ ਨਹੀਂ ਜੀ ਬੱਬੂ ਮਾਨ ਦਾ ਪਰ ਦੁਨੀਆ ਕਿਉਂ ਆ ਇਹ ਮੈਂ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਸਕਦਾ ਤੇ ਤੁਹਾਨੂੰ ਦੱਸ ਸਕਦਾ ਤੇ ਗਰਜੰਤ ਸਿੰਘ ਜਿਹੜਾ ਤੂੰ ਵਾਰੀ ਵਾਰੀ ਇਹ ਕਹਿ ਰਹਿਣਾ ਕਿ ਬੱਬੂ ਮਾਨ ਨਾ ਮਰਦਾ ਇਹ ਉਹ ਤੈਨੂੰ ਮਿਲ ਨਹੀਂ ਰਿਹਾ ਤੂੰ ਆਪ ਨਾ ਮਰਦਾ ਮੈਂ ਤੈਨੂੰ ਕਿਹਾ ਸੀਗਾ ਕਿ ਤੈਨੂੰ ਮੈਂ ਲਾਈਵ ਡਿਫੀਟ ਦੇ ਵਿੱਚ ਹਰਾ ਸਕਦਾ ਗਰਜੰਟ ਸਿੰਘ ਤੇਰੀ ਇਨੀ ਔਕਾਤ ਨਹੀਂ ਗਰਜੰਟ ਸਿੰਘ ਕਿ ਤੂੰ ਗੁਰਬਾਣੀ ਨੂੰ ਵਿੱਚ ਰੱਖ ਕੇ ਗਾਣੇ ਤੇ ਗੁਰਬਾਣੀ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਗਾਣੇ ਇੱਕ ਦੁਨੀਆਦਾਰੀ ਹੈ ਦੁਨਿਆਵੀ ਚੀਜ਼ਾਂ ਨੇ ਗੁਰਬਾਣੀ ਰੂਹ ਦੀ ਖੁਰਾਕ ਹੈ ਰੂਹ ਜਿਹੜੀ ਸਾਡੇ ਗੁਰੂਆਂ ਨੇ ਲਿਖੀ ਹੋਈ ਆ ਤੂੰ ਕਦੇ ਗੁਰਬਾਣੀ ਨੂੰ ਗਾਣਿਆਂ ਨਾਲ ਨਹੀਂ ਜੋੜ ਸਕਦਾ ਗਰਜੰਟ ਸਿੰਘ ਗਾਣਿਆਂ ਨਾਲ ਜੋੜਨਾ ਬੰਦ ਕਰ ਤੇ ਜਿਹੜਾ ਤੂੰ ਕਹਿ ਰਿਹਾ ਨਾ ਕਿ ਤੂੰ ਮੁਹਾਲੀ ਆਏਂਗਾ ਤੂੰ ਐਸੇ ਕਰੇਂਗਾ ਤੇਰੀ ਨਹੀਂ ਔਕਾਤ ਨਹੀਂ ਕਿ ਤੂੰ ਮੁਹਾਲੀ ਆ ਕੇ ਕਿਸੇ ਨਾਲ ਗੱਲ ਕਰ ਸਕੇ ਤੂੰ ਮੁਹਾਲੀ ਨਹੀਂ ਆ ਸਕਦਾ ਅਗਰਜੰਟ ਸਿੰਘ ਤੇਰੀਆਂ ਸਿਰਫ ਗੱਲਾਂ ਨੇ ਤੂੰ ਕਹਿ ਰਿਹਾ ਕਿ ਤੂੰ ਬੱਬੂ ਮਾਨ ਨੂੰ ਐਦਾਂ ਤੂੰ ਬੱਬੂ ਮਾਨ ਇਹ ਕਰ ਦੇਗਾ ਬੱਬੂ ਮਾਨ ਐਦਾਂ ਬੋਲਦਾ ਬੱਬੂ ਮਾਨ ਇਹ ਕੋਈ ਕਮੀ ਨਹੀਂ ਬੱਬੂ ਮਾਨ ਦੇ ਵਿੱਚ ਬਹੁਤ ਚੰਗੀਆਂ ਗੱਲਾਂ ਬੱਬੂ ਮਾਨ ਦੱਸਦਾ ਜਿਹੜੀਆਂ ਤੇਗਾ ਉਹ ਇੱਕ ਗੁਰਸਿੱਖ ਦੇ ਵਿੱਚ ਨਹੀਂ ਹੈਗਾ ਕਟਿੰਗ ਕੀਤੀ ਹੋਈ ਆਉਣੀ ਰੱਬ ਮਿਹਰ ਕਰੇ ਕਿ ਬੱਬੂ ਆਣ ਆਉਣ ਵਾਲੇ ਟਾਈਮ ਦੇ ਵਿੱਚ ਦਮਾਲਾ ਸਜਾਵੇ ਤੇ ਦਾੜ੍ਹੀ ਰੱਖੇ ਅਸੀਂ ਗੁਰਸਾਹ ਅੱਗੇ ਕਰਦੇ ਹਾਂ ਕਿ ਸਾਨੂੰ ਸਾਡਾ ਇੱਕ ਨਾਂ ਉੱਚਾ ਹੋਵੇ ਪਰ ਜੋ ਬੰਦੇ ਦੀ ਲਿਖਤ ਆਣਾ ਗੁਰਜੰਤ ਸਿੰਘ ਤੂੰ ਉਹਨੂੰ ਚੈਲੰਜ ਨਹੀਂ ਕਰ ਸਕਦਾ ਮੰਨਦੇ ਹਾਂ ਮੰਨਦੇ ਹਾਂ ਬੱਬੂ ਮਾਨ ਇੱਕ ਮਨ ਪਰਚਾਵੇ ਲਈ ਲਿਖੀਆਂ ਮੈਂ ਗੁਰਬਾਣੀ ਦੀ ਗੱਲ ਨੂੰ ਇੱਕ ਸਾਈਡ ਤੇ ਰੱਖ ਕੇ ਕਿ ਗੁਰਬਾਣੀ ਦੇ ਵਿੱਚ ਤੂੰ ਕਦੇ ਵੀ ਕਿਸੇ ਨੂੰ ਵੀ ਗਲਤ ਸਾਬਿਤ ਨਹੀਂ ਕਰ ਸਕਦਾ ਕਿਉਂਕਿ ਗੁਰਬਾਣੀ ਦੀ ਤੱਕ ਕੋਈ ਵੀ ਆਪਾਂ ਅੱਗੇ ਰੱਖ ਕੇ ਆਪਣੀ ਗੱਲ ਨੂੰ ਜੇ ਪੇਸ਼ ਕਰਦੇ ਆ ਨਾ ਤਾਂ ਉਹ ਬਹੁਤ ਗਲਤ ਗੱਲ ਹੋ ਜਾਂਦੀ ਆ ਕਿਉਂਕਿ ਤੂੰ ਗਰਜੰਤ ਸਿੰਘ ਤੂੰ ਇੰਨਾ ਗੰਦਾ ਯਾਰ ਤੂੰ ਆਪਦੀ ਗੱਲ ਨੂੰ ਸਹੀ ਸਾਬਿਤ ਕਰਨ ਲਈ ਤੂੰ ਗੁਰਬਾਣੀ ਨੂੰ ਅੱਗੇ ਰੱਖ ਦਿੰਨਾ ਸ਼ੇਮ ਔਨ ਯੂ ਯਾਰ ਗਰਜੰਤ ਸਿੰਘ ਬਹੁਤ ਤੇਰੇ ਤੇ ਨਾ ਉਹ ਹੁੰਦਾ ਕੀ ਯਾਰ ਇਦਾਂ ਕਿਉਂ ਔਰ ਤੂੰ ਕੰਜਰੀਆਂ ਕਹਿਣਾ ਕੰਜਰੀਆਂ ਤੈਨੂੰ ਮੈਂ ਫੇਰ ਕਿਸੇ ਦਿਨ ਸਮਝਾਉਂਗਾ ਅੱਜ ਮੈਂ ਗੱਲ ਹੋਰ ਮੁੱਦੇ ਤੇ ਕਰਨ ਲੱਗਾ ਤੇਰੇ ਨਾਲ ਜੇ ਤੇਰੇ ਚ ਦਮ ਹੈ ਨਾ ਤੂੰ ਮਰਦਾ ਤੂੰ ਇੱਕ ਪਿਓ ਦੀ ਔਲਾਦ ਆ ਤੂੰ ਮਰਦਾ ਤੂੰ ਮੇਰੇ ਨਾਲ ਲਾਈਵ ਡਿਫੀਟ ਕਰ ਬੱਬੂ ਮਾਨ ਤਾਂ ਬਹੁਤ ਦੂਰ ਦੀ ਗੱਲ ਆ ਮੇਰੇ ਨਾਲ ਕਰ ਮੈਂ ਤੈਨੂੰ ਦੱਸਦਾ ਕਿ ਕੀ ਚੀਜ਼ਾਂ ਤੂੰ ਕਰਦਾ ਹੈ ਤੇ ਕੀ ਹੁੰਦੀਆਂ ਨੇ ਠੀਕ ਐ ਤੂੰ ਵੱਡਾ ਬਣਿਆ ਫਿਰਦਾ ਬੱਬੂ ਮਾਨ ਨੇ ਗਾਣੇ ਗਾਏ ਜੀ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਮਿੱਤਰਾਂ ਦੀ ਛਤਰੀ ਤੋੜ ਦੇਗੀ ਐਨੀਂਗ ਹੋਰ ਕਈ ਗਾਣੇ ਨੇ ਜਿਹੜੇ ਕਿ ਨੱਚਣ ਟੱਪਣ ਲਈ ਤੇ ਹਾਸੀਆਂ ਖੇਡੀਆਂ ਮਜਬੂਰ ਕਰਦੇ ਨੇ ਇੱਕ ਇਨਸਾਨ ਨੂੰ ਤੇ ਗਰਜਨ ਸਿੰਘ ਤੂੰ ਕਹਿਣਾ ਕਿ ਕਿਸਾਨਾਂ ਦੀ ਹਾਲਤ ਮਾੜੀ ਹੈ ਜੀ ਗਾਣੇ ਅਸਲੀਅਤ ਗਾਓ ਕਿ ਕਿਸਾਨ ਕੀ ਕਰਦਾ ਉਹ ਤੇਰੇ ਰੰਮੀ ਰੰਦਾਵੇ ਨੇ ਗਾਣਾ ਗਾਇਆ ਸੀਗਾ ਉਹ ਜੱਟ ਕਿਹੜੇ ਪਿੰਡ ਰਹਿੰਦਾ ਹੈ ਮੈਨੂੰ ਦੱਸਿਓ ਜਰਾ ਕਿ ਗਾਉਣ ਵਾਲਿਓ ਬੱਬੂ ਮਾਨ ਨੇ ਵੀ ਗਾਇਆ ਕਿ ਕਦੇ ਬੋਰ ਸਰ ਗਿਆ ਮੋਟਰ ਖੜ ਗਈ ਹੈਨਾ ਜੱਟ ਦੀ ਜੂਨ ਬੁਰੀ ਕਈ ਗਾਣੇ ਗਾਏ ਆ ਸਾਡੀ ਕਾਦੀ ਹੋਲੀ ਪਰ ਇੱਕ ਆਸ਼ਕ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਜੇ ਇੱਕ ਆਸ਼ਕ ਉਹਦਾ ਦਿਲ ਟੁੱਟਿਆ ਹੋਵੇ ਹੈਨਾ ਉਹਦੇ ਦਿਲ ਟੁੱਟੇ ਵਾਲੇ ਨੂੰ ਜੇ ਆਪਾਂ ਦੇਵੀ ਮਖਸੂਸਪੁਰੀ ਦੇ ਗਾਣੇ ਸੁناਈ ਜਾਵਾਂਗੇ ਨਾ ਤਾਂ ਉਹ ਇੱਕ ਦਿਨ ਉਹ ਤਿਆਬ ਜਾਊਗਾ ਉਹ 10 ਦਿਨ ਸੁਣੂਗਾ 12ਵੇਂ ਦਿਨ 11ਵੇਂ ਦਿਨ ਜਾ ਕੇ ਉਹ ਆਤਮ ਹੱਤਿਆ ਕਰ ਲੂਗਾ ਉਹ ਜਾ ਕੇ ਨਾ ਨਹਿਰ 'ਚ ਛਾਲ ਮਾਰ ਦੂਗਾ ਗਰਜੰਟੇ ਉਹ ਨਹਿਰ 'ਚ ਛਾਲ ਮਾਰ ਦੂਗਾ ਉਹ ਆਪਦੀ ਜੀਵਨ ਲੀਲਾ ਖਤਮ ਕਰ ਦੂਗਾ ਇੱਕ ਜੱਟ ਹੈ ਜੱਟ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਮੰਨਦੇ ਆ ਜ਼ਿਆਦਾਤਰ ਕਿਸਾਨ ਸਾਰੇ ਤਾਂ ਨਹੀਂ ਮਤਲਬ ਜਿਹੜਾ 10 ਕਿੱਲੇ ਤੋਂ ਥੱਲੇ ਵਾਲਾ ਜਾਂ 15 ਕਿੱਲੇ ਤੋਂ ਥੱਲੇ ਵਾਲਾ ਜਾਤਰ ਕਰਜਾ ਹੈ ਉਹਨਾਂ ਸਰ ਆਪਣੇ ਪੰਜਾਬ ਦੇ ਵਿੱਚ ਪਰ ਜੇ ਵਾਰੀ-ਵਾਰੀ ਉਹਨਾਂ ਨੂੰ ਇਹੀ ਗੱਲ ਕਹੀ ਜਾਊਗੀ ਉਹ ਗਾਣੇ ਦੇ ਵਿੱਚ ਉਹ ਕਹਿੰਦਾ ਜੀ ਆ ਕਿ ਫੇਰ ਜੱਟ ਆਕ ਕੇ ਆ ਕੇ ਫਹਾ ਲੈਂਦਾ ਹੈ ਹਨਾ ਜੱਟ ਨੂੰ ਮਜਬੂਰ ਕੀਤਾ ਜਾਂਦਾ ਕਿ ਤੂੰ ਕਰਜੇ ਥੱਲੇ ਦੱਬਿਆ ਹੋਇਆ ਹੈ ਤੂੰ ਕਰਜੇ ਤੂੰ ਕਰਜੇ ਨਾਲ ਮਰਿਆ ਹੋਇਆ ਹੈ ਤੂੰ ਮਰ ਜਾ ਕੇ ਮਰ ਜਾ ਕੇ ਸਰਕਾਰਾਂ ਤੇ ਲਈ ਕੁਝ ਨਹੀਂ ਕਰ ਰਹੀਆਂ ਤਾਂ ਕਿਸਾਨ ਮਰੂਗਾ ਨਾ ਦੱਸੋ ਬੱਬੂ ਮਾਨ ਨੇ ਸੱਚ ਸੁਣਾਇਆ ਕਿ ਹਾਂ ਬਈ ਕਿਸਾਨ ਦੀ ਹਾਲਤ ਬੁਰੀ ਆ ਜੱਟ ਦੀ ਜੂਨ ਬੁਰੀ ਆ ਸਾਡੀ ਕਾਦੀ ਹੋਲੀ ਪਰ ਚੰਗੇਗਾ ਇਦਾਂ ਦੇ ਗਾਣੇ ਵੀ ਗਾਏ ਕਿ ਜਿਹਦੇ ਨਾਲ ਮਨੋਰੰਜਨ ਹੋ ਉਸੋਗੇ ਹੁਣ ਇੱਕ ਆਸ਼ਕ ਨੂੰ ਦੀਵੀ ਮਖਸੂਸਪੁਰੀ ਦੀ ਗਾਣੇ ਸੁਣਨ ਦੀ ਥਾਂ ਤੇ ਜੇ ਇੱਕ ਨਾਰਮਲ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਇੱਕ ਐਗਜ਼ਾਮਪਲ ਦੇ ਰਿਹਾ ਕਿ ਉਹਨੂੰ ਜੇ ਹਣੀ ਸਿੰਘ ਦੇ ਜਾਂ ਕਿਸੇ ਹੋਰ ਦੇ ਗਾਣੇ ਸੁਣਾਏ ਜਾਣਗੇ ਨਾ ਜਿਹੜੇ ਥੋੜੇ ਚੱਕਵੇਂ ਹੁੰਦੇ ਆ ਹਨਾ ਤਾਂ ਉਹ ਉਹਦਾ ਕੀ ਹੁੰਦਾ ਜੇ ਹੁਣ ਆ ਗਾਣਾ ਟੌਰ ਨਾਲ ਛੜਾ ਇੱਕ ਆਸ਼ਕ ਨੂੰ ਇਹ ਗਾਣਾ ਟੁੱਟੇ ਦੇ ਨਾਲ ਸੁਣਾਤਾ ਤਾਂ ਉਹ ਮੰਦਾ ਆਤਮ ਹੱਤਿਆ ਵੱਲ ਨਹੀਂ ਸੋਚਦਾ ਉਹ ਕਹਿੰਦਾ ਛੱਡ ਯਾਰ ਕੀੜੀ ਗੱਲ ਆ ਜ਼ਿੰਦਗੀ ਬਹੁਤ ਪਈ ਆ ਉਦਾਂ ਹੀ ਕਿਸਾਨ ਨੂੰ ਜੇ ਤੂੰ ਗਾਣੇ ਇਹ ਸੁਣਾਈ ਜਾਣਗੇ ਇਹ ਸੁਣਾਈ ਜਾਵਾਂਗੇ ਕਿਸਾਨ ਕਹੂਗਾ ਵੀ ਯਾਰ ਮੈਂ ਮਰਦਾ ਯਾਰ ਮੇਰਾ ਤਾਂ ਬੰਦੇ ਦੇ ਇੱਕ ਮੈਂਟਲੀ ਪ੍ਰੈਸ਼ਰ ਪੈਂਦਾ ਗਾਣਿਆਂ ਦਾ ਇਫੈਕਟ ਹੁੰਦਾ ਨਾ ਤਾਂ ਤੁ ਮੰਨਦਾ ਨਾ ਇਹ ਚੀਜ਼ ਨੂੰ ਇਫੈਕਟ ਹੁੰਦਾ ਤੇ ਇਹ ਇਫੈਕਟ ਵੀ ਪੈਂਦਾ ਗਾਣਿਆਂ ਦਾ ਅਸਲ ਦੇ ਵਿੱਚ ਜਦ ਇੱਕ ਕਿਸਾਨ ਨੂੰ ਉਹਦਾ ਸਚਾਈ ਸੁਣਾਈ ਜਾਂਦੀ ਹੈ ਨਾ ਕਿ ਹੈ ਨਾ ਉਹ ਆਤਮਾਤੈ ਲਈ ਮਜਬੂਰ ਹੁੰਦਾ ਤੇ ਨਾਲ ਨਾਲ ਉਹਨੂੰ ਜਿਹੜੇ ਦੂਜੇ ਗਾਣੇ ਸੁਣਾਏ ਜਾਂਦੇ ਆ ਫਿਰ ਇਦਾਂ ਦੇ ਚੌਥਾ ਪੈਗ ਲਾ ਕੇ ਜਾਂ ਮਿੱਤਰਾਂ ਨੂੰ ਸ਼ੌਂਕ ਉਹਨੂੰ ਥੋੜਾ ਪੰਪ ਮਿਲਦਾ ਬੂਸਟ ਮਿਲਦੀ ਆ ਜੱਟਾਂ ਵਾਲੇ ਗਾਣਿਆਂ ਤੋਂ ਤੇ ਉਹ ਜਦੋਂ ਉਹਨਾਂ ਨੂੰ ਬੂਸਟ ਮਿਲਦੀ ਆ ਜੱਟਾਂ ਵਾਲੇ ਗਾਣਿਆਂ ਤੋਂ ਤਾਂ ਫਿਰ ਜੱਟ ਕਿਤੇ ਨਾ ਕਿਤੇ ਆਪਦਾ ਗਮ ਭੁੱਲ ਜਾਂਦਾ ਜਿਹੜਾ ਉਹਦਾ ਗਮ ਹੁੰਦਾ ਨਾ ਜੱਟ ਦਾ ਉਹ ਭੁੱਲ ਕੇ ਫਿਰ ਉਹ ਕਿਤੇ ਨਾ ਕਿਤੇ ਮਿੱਤਰਾਂ ਨੂੰ ਸ਼ੌਂਕ ਤੇ ਆਰਾਂ ਦਾ ਜਾਂ ਫਿਰ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਉਹਦੇ ਤੇ ਨੱਚ ਲੈਂਦਾ ਕਿਤੇ ਨਾ ਕਿਤੇ ਕਿਸੇ ਦੀ ਜ਼ਿੰਦਗੀ ਬੱਜ ਜਾਂਦੀ ਓਏ ਤੇ ਤੂੰ ਇਹਨਾਂ ਨੂੰ ਕਿਹੜੇ ਤੂੰ ਐਡਾ ਵੱਡਾ ਖੱਚ ਬੰਦਾ ਆ ਦੇਖੋ ਬਾਈ ਥੱਲੇ ਵੀ ਲਿਖ ਲਿਆ ਲਿਖ ਰਿਹਾ ਆ ਕਿ ਜਹੰਟਾ ਖੱਚ ਆ ਤੈਨੂੰ ਯਾਰ ਕੋਈ ਬੰਦਾ ਨਹੀਂ ਸਲਾਉਂਦਾ ਤੇ ਤੂੰ ਗੁਰਬਾਣੀ ਨੂੰ ਵਿੱਚ ਨਾ ਰੱਖਿਆ ਕਰ ਮੇਰੇ ਵੀਰ ਠੀਕ ਆ ਮੈਂ ਮੰਨਦਾ ਬੱਬੂ ਮਾਨ ਨੇ ਕੇਸ ਨਹੀਂ ਰੱਖੇ ਅਰਦਾਸ ਕਰਦੇ ਆ ਕਿ ਬੱਬੂ ਮਾਨ ਕੇਸ ਰੱਖ ਲਵੇ ਦਾੜਾ ਰੱਖ ਲਵੇ ਇਕਾਉਣ ਵਾਲੇ ਟਾਈਮ ਦੇ ਵਿੱਚ ਆਪਣੇ ਕਿੰਨਾ ਵਧੀਆ ਲੱਗੂਗਾ ਹਨਾ ਸਾਰੇ ਰੱਖ ਲੈਣੇ ਯਾਰ ਗਿੱਪੀ ਨੇ ਗਿੱਪੀ ਦਲਜੀਤ ਵੀ ਜੇ ਰੱਖ ਲੈਣ ਤਾਂ ਬਹੁਤ ਚੰਗੀ ਗੱਲ ਹੋਊਗੀ ਇਦਾਂ ਦੀ ਅਰਦਾਸ ਕਰਿਆ ਕਰ ਇਹ ਨਹੀਂ ਕਿ ਤੇ ਉਹਨਾਂ ਨੂੰ ਪੰਡੀ ਜਾਂ ਪੰਡੀ ਜਾਂ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਉਹਨਾਂ ਦਾ ਵਿਸ਼ਵਾਸ ਉਠ ਜੇ ਤੇ ਉਹ ਕਹਿਣ ਕਿ ਯਾਰ ਵੀਰੇ ਇਦਾਂ ਕਰੀ ਜਾਂਦੇ ਉਹ ਇਹ ਇਹ ਦਾੜੀ ਤੋਂ ਤੇ ਆ ਕੇਸਾਂ ਤੋਂ ਨਾ ਕਿਤੇ ਪਾਸਾ ਨਾ ਵੜ ਜਾਣ ਓਏ ਆਪਣੀ ਕੌਮ ਵਾਲੇ ਗਰਜੰਤ ਸਿੰਘ ਤੂੰ ਜਿੰਨਾ ਇਹ ਇਹ ਜਲੀਲ ਕਰ ਰਿਹਾ ਤੂੰ ਗਲਤ ਗਲਤ ਜਲੀਲ ਕਰਦਾ ਤੂੰ ਬਿਨਾ ਕਿਸੇ ਗੱਲ ਤੋਂ ਠੀਕ ਆ ਦੁਨੀਆ ਤਾਂ ਬੱਬੂ ਮਾਨ ਦੀ ਫੈਨ ਆ ਕਿ ਬੱਬੂ ਮਾਨ ਤਕੜੀ ਚ ਤੋਲ ਕੇ ਰੱਖਦਾ ਆ ਉਹਦੇ ਗੀਤਾਂ ਨੂੰ ਕਿ ਜੇ ਸੱਚ ਸੁਣਾ ਰਿਹਾ ਤਾਂ ਥੋੜਾ ਜਿਹਾ ਝੂਠ ਥੋੜਾ ਜਿਹਾ ਝੂਠ ਜਿਹੜਾ ਕੀ ਜਿਵੇਂ ਬਾਹ ਪੜਨੀ ਜਾਂ ਇਹ ਕਰਨਾ ਮਨੋਰੰਜਨ ਲਈ ਥੋੜਾ ਝੂਠ ਕੀ ਬੰਦੇ ਨੂੰ ਖੁਸ਼ ਕਰਨ ਲਈ ਉਹ ਗਾਉਂਦਾ ਤੇ ਅਲਗ-ਬਗ ਸਿੰਗਰ ਵੀ ਇਦਾਂ ਕਰਦੇ ਆ ਤੇ ਤੂੰ ਜਿਹੜੀ ਉਹ ਗੱਲ ਨੂੰ ਜੋੜ ਲੈਣਾ ਕਿ ਇਹ ਬੰਦਾ ਨਾ ਤੋਂ ਕਿੱਥੇ ਨਿਕਲਿਆ ਹੋਵੇ ਬਾਹਰ ਆ ਕੇ ਮਿੱਟੀ ਪਾਲੇ ਉਹਨੂੰ ਨਾਤਾ ਤੋਤਾ ਨਹੀਂ ਕਾਵਾਂਗੇ ਇਹ ਤਰੀਆਂ ਗੱਲਾਂ ਨਕਲੀਆਂ ਵਾਲੀਆਂ ਗੱਲਾਂ ਨੇ ਨਕਲੀ ਗੱਲਾਂ ਨਾ ਕਰਿਆ ਕਰ ਗਰਗਜੰਤ ਸਿੰਘ ਨਕਲੀ ਜਿੱਤਰੇ ਚ ਧਾਮ ਹੈ ਨਾ ਪਹਿਲੀ ਗੱਲ ਤੂੰ ਮੁਹਾਲੀ ਆ ਨਹੀਂ ਸਕਦਾ ਜਿੱਥੇ ਤੇਰਾ ਮਨ ਹੋਵੇ ਲਾਈਵ ਹੋ ਜੀ ਤੂੰ ਉਹਨੂੰ ਉਹਨੂੰ ਕੀ ਕਹਿਣਾ ਯਾਰ ਉਹ ਸਟਾਰ ਆ ਉਹਦੇ ਕੋਲ 36 ਕੰਮ ਨੇ 36 ਕੰਮ ਮੇਰੇ ਕੋਲ ਵੀ ਹਵੇਲਾ ਮੈਂ ਵੀ ਨਹੀਂ ਹੈਗਾ ਪਰ ਤੇਰੇ ਲਈ ਮੈਂ ਟਾਈਮ ਕੱਢੂੰਗਾ ਜਿੱਦਣ ਮਰਜੀ ਲਾਈਵ ਹੋ ਜੀ ਨਾਲ ਸਾਹਮਣੇ ਬਹਿ ਜੀ ਡਿਫੀਟ ਕਰ ਲਈ ਤੈਨੂੰ ਮੈਂ ਗੁਰਬਾਣੀ ਦੇ ਮਾਮਲੇ 'ਚ ਤਾਂ ਗਲਤ ਕਰ ਹੀ ਸਕਦਾ ਤੈਨੂੰ ਕੀ ਲੱਗਦਾ ਵੀ ਤੂੰ ਹੀ ਗੁਰਬਾਣੀ ਪੜ੍ਹਦਾ ਤੈਨੂੰ ਹੀ ਨੌਲੇਜ ਆ ਤੂੰ ਕਹਿ ਦੇਣਾ ਜੀ ਮੈਂ ਨਿਤਨੇਮ ਤੇ ਚ ਹੰਕਾਰ ਹੀ ਨਹੀਂ ਮਾਣ ਤੈਨੂੰ ਕਿ ਤੂੰ ਦਮਾਲਾ ਸਜਾਉਣਾ ਤੇ ਤੂੰ ਦਾੜੀ ਰੱਖੀ ਆ ਤੇ ਤੂੰ ਕੇ ਗੁਰੂ ਗੋਬਿੰਦ ਸਿੰਘ ਦਾ ਸਿੰਘ ਸਜਿਆ ਪਰ ਅਸਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਹ ਨਹੀਂ ਕਹਿੰਦੇ ਆਪਾਂ ਨੂੰ ਜੋ ਤੂੰ ਕਹਿਣਾ ਗੁਰੂ ਸਾਹਿਬ ਕਿਸੇ ਨੂੰ ਕੰਜਰ ਕੰਜਰੀ ਕਹਿ ਸਕਦੇ ਆ ਉਹ ਸਾਡੇ ਗੁਰੂ ਆ ਪਰਵਾਣ ਤੂੰ ਨਹੀਂ ਕਹਿ ਸਕਦਾ ਤੇ ਤੂੰ ਹੁਣ ਕਹੀ ਕਹਿਣਗੇ ਜੀ ਬੱਬੂ ਮਾਨ ਨੇ ਬਾਕੀ ਸਿੰਘ ਨਾਲ ਕੇ ਕੀਆ ਯਾਰ ਬੱਬੂ ਮਾਨ ਦੀ ਉਮਰ ਸਾਡੇ ਤੋਂ ਦੁੱਗਣੀ ਆ ਕਹਿ ਤਾਣਾ ਠੀਕ ਆ ਯਾਰ ਕਹਿ ਤਾ ਨਲਕੀਆਂ ਸੀ ਬਸ ਖੁਸ਼ ਆ ਹਣ ਤੂੰ ਇਹ ਇਹ ਗੱਲ ਵੀ ਤੂੰ ਛੇੜਦਾ ਤੇਰੇ ਤੇਰੇ ਬੰਦੇ ਆ ਕੇ ਕਹਿੰਦੇ ਵੀ ਤੁਹਾਡਾ ਉਹ ਤਾਂ ਤੁਹਾਨੂੰ ਜੀ ਨਲਕੇ ਕਹਿੰਦਾ ਕਹਿ ਤਾ ਯਾਰ ਸਾਡਾ ਵੱਡਾ ਭਰਾ ਸਾਡਾ ਭਾਈ ਆ ਕਹਿ ਤਾ ਯਾਰ ਠੀਕ ਆ ਫਿਰ ਕਿੱਡੀ ਗੱਲ ਹੋਗੀ ਨਕਲੀ ਗੱਲਾਂ ਨਾ ਕਰਿਆ ਕਰ ਗਰਜੰਤ ਸਿੰਘ ਦਾ ਮੈਨਾ ਤਾਂ ਸਾਹਮਣੇ ਬਹਿ ਜੀ ਜਾਂ ਲਾਈਵ ਹੋ ਜੀ ਜਵਾਬ ਦੇਈਂ ਜੇ ਤੂੰ ਮਰਦ ਦਾ ਬੱਚਾ ਹੈ ਤਾਂ ਇੱਕ ਪਿਓ ਦਾ ਤਾਂ ਜਵਾਬ ਦੇਈਂ ਮੇਰੀ ਗੱਲ ਦਾ ਚੰਗਾ ਜੀ ਸਤਿ ਸ਼੍ਰੀ ਅਕਾਲ ਇਹ ਬੋਤਾ ਭੁੱਲ ਗਿਆ ਹਾਂ ਪਪਲ ਚੌਕ ਮਾਫ ਕਰਨੀ ਪਰ ਇਹ ਬੰਦਾ ਜੀ ਬਹੁਤ ਗਲਤ ਯੂਜ਼ ਕਰ ਰਿਹਾ ਦੰਗੇ ਕਰਵਾ ਦੂ ਇੱਕ ਦਿਨੇ ਬੰਦਾ ਆਪਣੇ ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ